ਹਾਂਜੀ ਕਿਤੇ ਸਾਰੇ ਸਾਰਿਆਂ ਤੱਕ ਵੀਡੀਓ ਪਹੁੰਚਾਓ ਸ਼ੇਅਰ ਕਰ ਦਿਓ ਜਲਦੀ ਜਲਦੀ ਅੱਜ ਦੇ ਦਿਨ 1954 ਚ ਭਾਰਤ ਚ ਪਹਿਲੀਆਂ ਸਟੈਂਪ ਟਿਕਟਾਂ ਡਾਕ ਪੋਸਟ ਦੀਆਂ ਜਿਹੜੀਆਂ ਟਿਕਟਾਂ ਹੁੰਦੀਆਂ ਚਿੱਠੀਆਂ ਵਾਲੀਆਂ ਉਹ ਸੇਲ ਤੇ ਲੱਗੀਆਂ ਸੀ ਤੇ ਇਹਨਾਂ ਦਾ ਰੇਟ ਸੀਗਾ ਅੱਧਾ ਅਨਾ ਇੱਕਾਂ ਨਾ ਦਵਾਨੇ ਤੇ ਚਾਰਾਂ ਨੇ ਤੁਸੀਂ ਦੇਖ ਸਕਦੇ ਆ ਲਿਖਿਆ ਵੀ ਹੋਇਆ ਆ ਤੇ ਇਹ ਕੁਈਨ ਵਿਕਟੋਰੀਆ ਇੰਗਲੈਂਡ ਦੀ ਜਿਹੜੀ ਹੋਈ ਸੀ ਉਸ ਦੀ ਇਹ ਤਸਵੀਰ ਲੱਗੀ ਹੋਈ ਆ ਭਾਰਤ ਦੀਆਂ ਸਭ ਤੋਂ ਪਹਿਲੀਆਂ ਡਾਕ ਟਿਕਟਾਂ ਅੱਜ ਦੇ ਦਿਨ 1854 ਚ ਸੇਲ ਤੇ ਲੱਗੀਆਂ ਸੀਗੀਆਂ ਚਲਦੀ ਚਲਦੀ ਸ਼ੇਅਰ ਕਰ ਦਿਓ ਹਰੇਕ ਗਰੁੱਪ ਚ ਪਹੁੰਚਾਓ ਜੀ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਬਹੁਤ ਕੀਮਤੀ ਜਾਣਕਾਰੀ ਹੁੰਦੀ ਆ ਇਹ ਤੇ ਹੋਰ ਵੀ ਤੁਹਾਨੂੰ ਤੁਹਾਨੂੰ ਦਿਖਾਉਣੇ ਆ ਜੀ ਕੀ ਕੀ ਹੋ ਰਿਹਾ ਦੁਨੀਆਦਾਰੀ ਚ ਤੇ ਚੀਨੇ ਪਤੰਦਰ ਦੇ ਕਮਾਲ ਕਰੀ ਜਾਂਦੇ ਆ ਪਤੰਦਰਾ ਨੇ ਰੇਗਿਸਤਾਨ ਚ 800 ਕਿਲੋ ਦੀ ਰੇਲ ਲਾਈਨ ਘੁਮਾਉਂਦੀ ਬਾਈ ਜੀ ਰੇਗਿਸਤਾਨ ਚ ਰੇਲ ਲਾਈਨ ਪਾਉਣੀ ਬਹੁਤ ਔਖੀ ਆ ਕਿਉਂਕਿ ਜਿਹੜਾ ਰੇਤਾ ਆ ਰੇਤਾ ਆ ਉਹ ਇੱਕ ਜਗ੍ਹਾ ਤਾਂ ਰਹਿੰਦਾ ਨਹੀਂ ਤੁਹਾਨੂੰ ਪਤਾ ਹਵਾ ਨਾਲ ਕਦੀ ਇੱਧਰ ਕਦੀ ਉੱਧਰ ਤੇ ਤੁਹਾਨੂੰ ਉਹ ਵੀ ਦਿਖਾਉਣਾ ਜੀ ਤੇ ਆ ਜਾਓ ਜੀ ਪਹਿਲੀ ਤਸਵੀਰ ਚੇਂਜ ਕਰਨੇ ਨੂੰ ਥੋੜਾ ਸਮਾਂ ਹੁੰਦਾ ਕਿਉਂਕਿ ਦੂਜੇ ਪੇਜ ਤੇ ਵੀ ਸ਼ੇਅਰ ਕਰਦਾ ਹੁੰਨਾ ਆ ਤੇ ਇੱਕ ਸਕਿੰਟ ਰੁਕ ਜਾਓ ਤੁਹਾਨੂੰ ਦਿਖਾਉਣਾ ਹੋਰ ਵੀ ਦੀਨ ਦੁਨੀਆਦਾਰੀ ਦੀਆਂ ਗੱਲਾਂ ਤੇ ਜਿਹੜਾ ਗੋਦੀ ਮੀਡੀਆ ਡਬਈ ਕਿਉਂ ਗਿਆ ਉਹਦਾ ਵੀ ਪਤਾ ਲੱਗਿਆ ਤੇ ਅੱਜ ਦੇ ਦਿਨ 1971 ਕੇ ਸੰਸਾਰ ਦੀ ਪਹਿਲੀ ਸੀਟੀ ਸਕੈਨ ਕੀਤੀ ਸੀ ਇਸ ਬੰਦੇ ਨੇ ਗੋਡਫਰੇ ਇੰਗਲੈਂਡ ਦਾ ਬੰਦਾ ਸੀ ਇਸ ਬੰਦੇ ਨੇ ਸੀਟੀ ਸਕੈਨ ਦੀ ਖੋਜ ਕੀਤੀ ਸੀ ਅੱਜ ਦੇ ਦਿਨ 1971 ਚ ਸਭ ਤੋਂ ਪਹਿਲੀ ਵਾਰੀ ਸੀਟੀ ਸਕੈਨ ਇਸ ਬੰਦੇ ਨੇ ਕੀਤੀ ਤੇ ਇਸ ਨੂੰ ਪੁਰਸਕਾਰ ਵੀ ਕਈ ਮਿਲੇ ਇਸ ਦੇ ਕਰਕੇ ਸੀਟੀ ਸਕੈਨ ਦੀ ਖੋਜ ਇਸ ਇੰਗਲੈਂਡੀਏ ਗੋਡਫਰੇ ਨੇ ਕੀਤੀ ਜੀ ਤੇ ਹੋਰ ਦੱਸਾਉਣੀ ਤੁਹਾਨੂੰ ਤੇ ਬਾਈ ਜੀ ਵਧਾਈਆਂ 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 ਬੱਲੇ 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 ਮੋਦੀ ਦੇਸ਼ ਨੂੰ ਸਿਖਰਾਂ ਤੇ ਲੈ ਜਾ ਰਿਹਾ ਪਟ્રોલ ਦੇ ਭਾਗ ਦੂਜੇ ਦਿਨ ਲਗਾਤਾਰ ਕਹਿੰਦੇ ਫੇਰ ਵੱਧ ਗਏ ਬੱਲੇ 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 ਚੱਕ ਗਏ ਰੱਖ ਗਾ ਮੋਦੀ ਮੈਂ ਗਿਆ ਪੈਟਰੋਲ ਦੇ ਆਪਾਂ ਛਤਕਲਵਾਤ ਤੇ ਆ ਹੁਣ ਡੀਜ਼ਲ ਛਤਕਲ ਨੂੰ ਵੱਧ ਰਿਹਾ ਹੈ ਮਿਲਿਆ ਕੋਈ ਪ੍ਰਧਾਨ ਮੰਤਰੀ ਦੇਸ਼ ਨੂੰ ਇਦਾਂ ਦਾ ਜਿਹੜਾ ਪੈਟਰੋਲ ਡੀਜ਼ਲ ਦਾ ਛਤਕ ਲੱਗਾ ਕਿਸੇ ਤੋਂ ਐਵੇਂ ਈ 50 ਤੇ ਘੁੰਮਦੇ ਸੀ ਇਹਨੂੰ ਕਹਿੰਦੇ ਆ ਜੀ ਪ੍ਰਧਾਨ ਮੰਤਰੀ ਪੈਟਰੋਲ ਤੇ ਡੀਜ਼ਲ ਦਾ ਰੇਟ ਦੂਜੇ ਦਿਨ ਲਗਾਤਾਰ 30 30 ਪੈਸੇ ਵਧੀ ਜਾਂਦਾ ਆ ਤੇ ਲੋਕ ਚੁੱਪਚਾਪ ਬਿਨਾ ਕੁਝ ਬੁੱਲੇ ਬਿਨਾ ਕਿਤੇ ਵਿਰੋਧ ਦਰਜ ਕਰਾਏ ਖਮੋਸ਼ ਬੈਠੇ ਨੇ ਤੇ ਕਈ ਭਗਤੀ ਕਰੀ ਜਾਂਦੇ ਆ ਮੋਦੀ ਦੀ ਕਰੀ ਚਲੋ ਕਿਸੇ ਦਾ ਕੀ ਜਾਂਦਾ ਹਾਂਜੀ ਤੇ ਹੋਰ ਦਿਖਾਉਣੇ ਤੁਹਾਨੂੰ ਕੀ ਚੱਲ ਰਿਹਾ ਦੀਨ ਦੁਨੀਆਦਾਰੀ ਚ ਤੇ ਦਵਾਈ ਚ ਗੋਦੀ মিডিਆ ਪਹੁੰਚ ਚੁੱਕਾ ਜਿਹੜਾ ਗੋਦੀ মিডিਏ ਦਾ ਖਰਚ ਆ ਉਹ ਵੀ ਸਰਕਾਰ ਕਰਦੀ ਬਾਈ ਜੀ ਸਰਕਾਰੀ ਖਰਚੇ ਤੇ ਐਮੀ ਥੋੜੋ ਤਲਵੇ ਚ ਛੱਟਦੇ ਆ ਚੀਨ ਵਾਲੇ ਆਪਣੇ 5 ਕਿਲੋਮੀਟਰ ਅੰਦਰ ਆ ਗਏ ਉੱਤਰਾਖੰਡ ਚ ਉੱਤੇ ਨਹੀਂ ਕੋਈ ਬੋਲਿਆ ਯੂਪੀ ਚ ਨਿਆਣੇ ਮਾਰ ਰਹੇ ਕੋਈ ਕਿਉਂ ਨਹੀਂ ਬੋਲਦੇ ਕਿਉਂਕਿ ਚਾਪਲੂਸੀ ਦੇ ਪੈਸੇ ਮਿਲਦੇ ਆ ਝੂਟੇ ਮਾੜੇ ਮਤਲਬ ਅਪ ਕੀ ਕਹਿੰਦੇ ਹੁੰਦੇ ਫਰਸਟ ਕਲਾਸ ਚ ਪਲੇਨਾਂ ਦੇ ਸੋ ਤੁਸੀਂ ਇਹ ਦੇਖੋ ਇਹ ਬੰਦੇ ਨੂੰ ਇੰਨੀ ਭੁੱਖਿਆ ਤਸਵੀਰਾਂ ਦੀ ਬਾਈ ਜੀ ਦੇਖ ਸਕਦੇ ਆ ਡਬਈ ਚ ਜਾਣਾ ਪਿਊਸ਼ ਗੋਇਲ ਨੇ ਆ ਹਨਾ ਐਕਸਪੋਰਟ ਬਾਈ ਚ ਤੇ ਤਸਵੀਰ ਆਪਣੀ ਲਵਾਈ ਫਿਰਦਾ ਪਿਊਸ਼ ਗੋਇਲ ਨਾ ਪਿਊਸ਼ ਗੋਇਲ ਦਾ ਲਿਖਿਆ ਆ ਹਾਂਜੀ ਤੇ ਤਸਵੀਰ ਆਪਣੀ ਲਵਾਈ ਹੋ ਤੇਰਾ ਵਿੱਚ ਕੀ ਗੱਲ ਮੈਂ ਫੋਟੋ ਫਿਰ ਪਿਊਸ਼ ਗੋਇਲ ਦੀ ਲਾਓ ਜੀ ਨੇ ਜਾਣਾ ਡਬਈ ਹੈਨਾ ਬਹੁਤ ਯਾਰ ਚਲੋ ਚਾਹ ਪੂਰੇ ਕਰਦਾ ਵਿਚਾਰਾ ਫਕੀਰ ਸੀ ਕਦੀ ਕਿਸੇ ਫੋਟੋ ਨਹੀਂ ਖਿੱਚਣੀ ਮਿਲੀ ਹਨਾ ਤਾਚਾ ਪੂਰੇ ਕਰ ਰਿਹਾ ਆਪਣੇ ਜ਼ਿੰਦਗੀ ਦੇ ਤੇ ਬਾਕੀ ਇਹ ਵੀ ਵੈਸੇ ਦਾ ਸਭ ਨੂੰ ਪਤਾ ਹੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਕੱਲ ਜਿੱਦਾਂ ਆਪਾਂ ਇੰਡੀਅਨ 에ਅਰ ਫੋਰਸ ਦੇ ਚੀਫ ਦੀ ਗੱਲ ਕੀਤੀ ਸੀ ਭਾਰਤੀ ਨੇਵੀ ਦੇ ਜਿਹੜੇ ਚੀਫ ਨੇ ਐਡਮਿਰਲ ਕਰਮਵੀਰ ਸਿੰਘ ਨੇ ਜਲੰਧਰ ਜ਼ਿਲ੍ਹੇ ਦੇ ਨੇ ਇਹ ਭਾਰਤੀ ਨੇਵੀ ਦੇ ਚੀਫ ਹੋਣਾ ਬਹੁਤ ਵੱਡੀ ਗੱਲ ਆ ਇਹ ਪੰਜਾਬੀ ਆ ਜੀ ਕਰਮਵੀਰ ਸਿੰਘ ਜੀ ਐਡਮਿਰਲ ਕਰਮਵੀਰ ਸਿੰਘ ਭਾਰਤੀ ਨੇਵੀ ਦੇ ਚੀਫ ਨੇ ਤੇ ਹੋਰ ਦਿਖਾਉਣੇ ਬਾਈ ਜੀ ਕੀ ਹੋ ਰਿਹਾ ਦੀਨ ਦੁਨੀਆਦਾਰੀ ਚ ਤੇ ਆ ਦਿਖਾਉਣੇ ਆ ਪਹਿਲਾ ਤਸਵੀਰ ਆ ਦੇ ਆ ਗੱਲ ਕਰਦੇ ਪਹਿਲਾਂ ਬਾਈ ਜੀ ਮੈਂ ਕਿਹਾ ਸੀ ਨਾ ਇੱਕ ਬੰਦੇ ਨੇ ਪੂਰੇ ਦੇਸ਼ ਦਾ ਹੀ ਨੈੱਟ ਹੈਕ ਕਰ ਲਿਆ ਸੀ ਕਈ ਕਮੈਂਟ ਆਏ ਸੀ ਐਵੇਂ ਝੂਠਿਆ ਗਪੌੜਿਆ ਫੇਗਿਆ ਪਰ ਉਹ ਉਹੀ ਗੱਲ ਆ ਹੁਣ ਮਤਲਬ ਆਪਾਂ ਫਿਰ ਜਦੋਂ ਚੀਜ਼ਾਂ ਹੀ ਉਦਾਂ ਦੀਆਂ ਦੇਖਦੇ ਸਾਡੀ ਸੋਚ ਉੱਥੇ ਹੀ ਰਹਿ ਜਾਣੀ ਸਾਡਾ ਦਿਮਾਗ ਸਾਨੂੰ ਯਕੀਨੇ ਨਹੀਂ ਕਰਨ ਦਿੰਦਾ ਭਈ ਕੋਈ ਇੱਕ ਇਨਸਾਨ ਕਿਸੇ ਪੂਰੇ ਦੇਸ਼ ਦਾ ਹੀ ਨੈੱਟ ਹੈਕ ਕਰ ਸਕਦਾ ਇਹਦੇ ਤੁਹਾਡੇ ਸਾਹਮਣੇ ਬੰਦੇ ਦਾ ਨਾਮ ਵੀ ਲਿਖਿਆ ਡੈਨੀਅਲ ਹਣਾ ਇਹਦੇ ਬਾਰੇ ਪੜ੍ਹ ਵੀ ਲਿਓ ਇਹਨੇ ਇੰਗਲੈਂਡੀਆ ਆ ਲਾਇਬ੍ਰੇਰੀਆ ਪੂਰੇ ਦੇਸ਼ ਦਾ ਹੀ ਨੈੱਟ ਹੈਕ ਕਰ ਲਿਆ ਸੀ ਇਹਨੂੰ ਜਿਹੜੀ ਉੱਥੇ ਦੀ ਇੱਕ ਕੰਪਨੀ ਸੀ ਟੈਲੀਫੋਨ ਕੰਪਨੀ ਉਹਨੇ ਇਹਨੂੰ ਡਾਰਕ ਵੈਬ ਤੇ ਖਰੀਦਿਆ ਸੀ ਇਸ ਬੰਦੇ ਨੂੰ ਡਾਰਕ ਵੈਬ ਹੁਣ ਕੀ ਆ ਉਹਦੇ ਬਾਰੇ ਵੀ ਦੱਸਾਂਗੇ ਹਨਾ ਜਿਹੜਾ ਨੈਟ ਆਪਾਂ ਚਲਾਉਨੇ ਆ ਆਮ ਸੁਧਾਰਨ ਲੋਕਾਂ ਕੋਲ ਆ ਜਿਹੜੇ ਡਾਰਕ ਤੇ ਡੀਪ ਵੈਬ ਆ ਉਹ ਹੋਰ ਹੀ ਚੀਜ਼ ਆ ਉੱਥੇ ਹਥਿਆਰਾਂ ਦੀ ਬਿਕਰੀ ਕੋਈ ਕੁਝ ਬਿਕਰੀ ਹੁੰਦੀ ਹੈ ਹੈਕਰ ਮਿਲਦੇ ਸਾਰਾ ਕੁਝ ਮਿਲਦਾ ਤੇ ਇਸ ਬੰਦੇ ਨੂੰ ਕੰਪਨੀ ਨੇ ਹਨਾ 10000 ਪੌਂਡ ਚ ਮਤਲਬ ਹਾਇਰ ਕੀਤਾ ਸੀ ਵੀ ਵਿਰੋਧੀ ਕੰਪਨੀ ਦਾ ਜਿਹੜਾ ਸਿਸਟਮ ਨੂੰ ਤੈਸਨਾਇਸ ਕਰਤੇ ਪਤੰਦਰ ਨੇ ਸਾਰੇ ਦੇਸ਼ ਦਾ ਹੀ ਸਿਸਟਮ ਤੈਸਨਾਇਸ ਕਰਤਾ ਸੀ ਦੇਖ ਸਕਦੇ ਆ ਬ੍ਰਿਟਿਸ਼ ਸਾਈਬਰ ਕ੍ਰਾਈਮਨਲ ਹੂ ਕੈਰੀਡ ਆਊਟ ਐਨ ਅਟੈਕ ਸੋ ਪਾਵਰਫੁਲ ਇਟ ਨੌਕਡ ਅ ਨੇਸ਼ਨ ਆਫਲਾਈਨ ਹੈਜ਼ ਬੀਨ ਜੇਲਡ ਜੇਲ ਹੋਈ ਸੀ ਇਹਨੂੰ ਲਾਇਬੇਰੀਆ ਦੇਸ਼ ਆ ਉੱਥੇ ਦੇਸ਼ ਦਾ ਪੂਰੇ ਦਾ ਹੀ ਨੈਟ ਹੈਕ ਕਰ ਲਿਆ ਸੀ ਨੇ ਦੇਖ ਸਕਦੇ ਆ ਬਾਈ ਸੋ ਬਾਈ ਦੁਨੀਆ ਪਰੇ ਤੋਂ ਪਰੇ ਆ ਤੇ ਲੋਕ ਖਰੇ ਤੋਂ ਖਰੇ ਆ ਤੇ ਨੈਟ ਦੀ ਗੱਲ ਇੱਕ ਹੋਰ ਕਰਦੇ ਆ ਜਿਹੜੀ ਫੇਸਬੁੱਕ ਆ ਇਹਦਾ ਇਕੱਲਾ ਕੰਮ ਫੇਸਬੁੱਕ ਨਹੀਂ ਭਈ ਫੇਸਬੁੱਕ ਜਾਂ ਇੰਸਟਾਗ੍ਰam ਜਾਂ ਵਟਸਐਪ ਨਹੀਂ ਇਹ ਪਤੰਦਰ ਦਾ ਕਈ ਪਾਸੇ ਪੰਗੇ ਲੈਂਦਾ ਆ ਸੋ ਟੂ ਅਫਰੀਕਾ ਇੱਕ ਲਾਈਨ ਆ ਕੇਬਲ ਲਾਈਨ ਆ ਜਿਹੜੇ ਆਪਣੇ ਨੈਟ ਨੂੰ ਚਲਦੇ ਹੋਰ ਵੀ ਕਈ ਕੁਸ਼ ਇਹ ਸਮੁੰਦਰ ਚ ਇਨੀ ਲਾਈਨ ਬਿਛਾਈ ਹੋ ਸੀ ਹਨਾ ਆ ਦੇਖ ਸਕਦੇ ਆ ਫੇਸਬੁੱਕ ਵਾਲਿਆਂ ਨੇ ਸਮੁੰਦਰ ਚ ਇਹ ਹਨਾ ਸਾਰੇ ਅਫਰੀਕਾ ਕਵਰ ਕੀਤਾ ਸੀ ਹੁਣ ਇਸ ਨੂੰ ਐਕਸਟੈਂਡ ਕਰ ਰਹੇ ਆ ਹੁਣ ਇਹ ਸਮੁੰਦਰ ਚ ਇਹ ਲਾਈਨ ਇਧਰ ਨੂੰ ਲਿਆ ਰਹੇ ਆ ਭਾਰਤ ਪਾਕਿਸਤਾਨ ਵੱਲ ਨੂੰ ਆ ਦੇਖ ਸਕਦੇ ਆ ਤੁਸੀਂ ਤੇ ਹੁਣ ਇਹ ਲਾਈਨ ਇਸ ਪਾਸੇ ਆ ਰਹੀ ਆ ਪਹਿਲਾਂ ਇਹ ਨਹੀਂ ਆ ਦੇਖ ਸਕਦੇ ਕਿੰਨੇ ਦੇਸ਼ ਕਵਰ ਕੀਤੇ ਹੋਏ ਆ ਅਫਰੀਕਾ ਦੇ ਯੂਰਪ ਦੇ ਕਿੰਨੇ ਆ ਦੇਸ਼ਾਂ ਚ ਨਹੀਂ ਫੇਸਬੁੱਕ ਨੇ ਲਾਈਨ ਪਾਈ ਹੋਈ ਆ ਤੁਹਾਨੂੰ ਦਿਖਾਉਣਾ ਜੀ ਤਾਰ ਦਿਖਾਉਣਾ ਤੁਹਾਨੂੰ ਕਿੱਡੀ ਮੋਟੀ ਬਾਈ ਪਤਾ ਨਹੀਂ ਭਰਾਵੋ ਦੁਨੀਆ ਦਾ ਦਿਮਾਗ ਹੈ ਨਾ ਯਾਰ ਤਾਰ ਦੇਖੋ ਪਹਿਲਾ ਤਾਂ ਦੇਖੋ ਏਡੀ ਮੋਟੀ ਤਾਰ ਸਮੁੰਦਰ ਚ ਨਾਲੇ ਪਾਉਣੀ ਉਹਦੀ ਸਾਮ ਸੰਭਾਲ ਪਤਾ ਨਹੀਂ ਪ੍ਰਭੂ ਕਿਹੜੇ ਸਿਸਟਮ ਨਾਲੇ ਵਰਕ ਕਰਦੇ ਆ ਮੇਰੀ ਤਾਂ ਸਮਝੋ ਬਾਹਰ ਆ ਯਾਰ ਵੀ ਕਿੱਦਾਂ ਸਮੁੰਦਰ ਚ ਆ ਦਿਖਾਉਣਾ ਹੋਰ ਤਸਵੀਰ ਆ ਦੇਖੋ ਆ ਤਾਰ ਆ ਇਹ ਸਮੁੰਦਰ ਚ ਪਾਉਂਦੇ ਆ ਤੇ ਆ ਦੇਖੋ ਜੀ 45000 ਕਿਲੋਮੀਟਰ ਤੋਂ ਵੀ ਜ਼ਿਆਦਾ ਸਮੁੰਦਰ ਚ ਤਾਰ ਪਾਉਣੀ ਫੇਸਬੁੱਕ ਵਾਲਿਆਂ ਨੇ 45000 ਕਿਲੋਮੀਟਰ ਉਹ ਵੀ ਸਮੁੰਦਰ ਚ ਇੱਕ ਤਾਂ ਹੁੰਦਾ ਧਰਤੀ ਤੇ ਤੇ ਤੁਹਾਨੂੰ ਹੁਣ ਦਿਖਾਉਣਾ ਚੀਨੇ ਪਤੰਦਰ ਦੇ ਕੀ ਕਰੀ ਜਾਂਦੇ ਆ ਚੀਨੇ ਯਾਰ ਸਹੀ ਗੱਲ ਆ ਚੀਨੇ ਬੰਦੇ ਨਹੀਂ ਏਲੀਅਨ ਆ ਪਤੰਦਰਾਂ ਨੇ 800 ਕਿਲੋਮੀਟਰ ਤੋਂ ਜ਼ਿਆਦਾ ਰੇਗਿਸਤਾਨ ਚ ਰੇਲਵੇ ਟਰੈਕ ਵਿਛਾਤਾ ਆਲਮੋਸਟ ਇਹ ਦੇਖ ਸਕਦੇ ਆ 5 ਕਿਲੋਮੀਟਰ ਤੋਂ ਵੱਧ ਲੰਮਾ ਤਾਂ ਇੱਕਾ ਪੁਲੇ ਹੀ ਆ ਦੇਖ ਲਓ ਕਿਉਂਕਿ ਹੁਣ ਰੇਗਿਸਤਾਨ ਚ ਦੇਖੋ ਰੇਤੇ ਦੇ ਕਿੱਡੇ ਕਿੱਡੇ ਟੋਏ ਆਉਂਦੇ ਆ ਹਵਾਵਾਂ ਆਉਂਦੀਆਂ ਹੁਣ ਜੇ ਰੇਗਿਸਤਾਨ ਚ ਪਟੜੀ ਵਿਛਾਉਂਗੇ ਤਾਂ ਬਹੁਤ ਔਖਾ ਹਨਾ ਉੱਥੇ ਦਾ ਇਹਨਾਂ ਦਾ ਜਿਹੜਾ ਇਹ ਰੇਗਿਸਤਾਨ ਆ ਤੁਸੀਂ ਵੀ ਪੜ ਸਕਦੇ ਟਕਲਾਮੈਨ ਰੇਗਿਸਤਾਨ ਟਕਲਾਮੈਨ ਟਕਲਾਮੈਨ ਰੇਗਿਸਤਾਨ ਦਾ ਨਾਮ ਆ T A K L A M A N ਟਕਲਾਮੈਨ ਤੋ ਦੇਖ ਸਕਦੇ ਆ ਜੀ 800 ਤੋਂ ਵੱਧ ਕਿਲੋਮੀਟਰ ਰੇਗਿਸਤਾਨ ਚ ਦੁਨੀਆ ਦਾ ਪਹਿਲਾ ਹੀ ਦੇਸ਼ ਆ ਆਲਮੋਸਟ ਜਿਹਨੇ ਏਡੀ ਲੰਮੀ ਰੇਲ ਲਾਈਨ ਰੇਗਿਸਤਾਨ ਚ ਬਿਛਾ ਦਿੱਤੀ ਆ ਸੋ 800 ਕਿਲੋਮੀਟਰ ਵੀ ਘੱਟ ਨਹੀਂ ਹੁੰਦਾ ਪੰਜ ਪੰਜ ਕਿਲੋਮੀਟਰ ਦੇ ਦਾ ਪੁਲ ਖੜੇ ਕਰਤੇ ਪਤੰਦਰਾ ਨੇ ਰੇਤੇ ਚ ਯਾਰ ਚੀਨੇਓ ਤੁਸੀਂ ਬੰਦੇ ਆ ਕੀ ਆ ਪਹਿਲਾਂ ਇਹ ਦੱਸੋ ਆ ਦੇਖੋ ਆ ਆ ਜੀ ਟਕਲਾ ਮੈਨ ਰੇਗਿਸਤਾਨ ਪੜ ਲਿਓ ਟਕਲਾ ਮੈਨ ਡੇਜ਼ਰਟ ਲਿਖ ਲਿਓ ਤੇ ਇੱਕ ਤਾਂ ਡੇਜ਼ਰਟ ਮਿੱਠੇ ਨੂੰ ਕਹਿੰਦੇ ਆ ਇਹ ਘਾ ਰੇਗਿਸਤਾਨ ਹੁੰਦਾ ਥੋੜਾ ਅੱਖਰ ਇੱਧਰ ਉੱਧਰ ਹੁੰਦਾ ਦੋਨਾਂ ਚ ਆ ਦੇਖੋ ਐਡੇ ਐਡੇ ਰੇਤੇ ਦੇ ਢੇਰ ਆ ਤੇ ਬਿਛਾਈ ਆਉਂਦੇ ਤੁਰੀ ਆਉਂਦੇ ਬਿਛਾਈ ਤੁਰੀ ਆਉਂਦੇ ਲੈਣਾ ਇਹ ਇਹ ਬੰਦੇ ਮੈਨੂੰ ਨਹੀਂ ਲੱਗਦਾ ਇਹ ਬੰਦੇ ਬੁੰਦੇ ਵੀ ਕਦੀ ਕੁਛ ਬਣਾਉਣ ਲੱਪੰਦੇ ਕਦੀ ਕੁਛ ਬਣਾਉਣ ਲੱਪੰਦੇ ਆ ਇਹ ਬਸ ਦੁਨੀਆ ਨੂੰ 허ਰਾਣਾ ਹੀ ਕਰਕੇ ਦਿਖਾਉਂਦੇ ਆ ਇੱਕ ਹੀ ਨਹੀਂ YouTube ਤੇ ਇੱਕ ਮੇਰੇ ਸਾਹਮਣੇ ਵੀਡੀਓ ਆਈ ਇੱਕ 10 ਸਾਲ ਹੋ ਗਏ 10 ਸਾਲ ਤੋਂ ਇੱਕ ਡੈਮ ਬਣਾਉਣ ਲੱਗਿਓ ਆ ਪਤੰਦਰ ਦੇ ਸੋ ਇਹ ਨਹੀਂ ਇੱਕ ਡੈਮ ਅਜਿਹਾ ਬਣਾਇਆ ਹੋਇਆ ਜੀ 3 ਜਾਰਜ ਡੈਮ ਤੇ ਉਹਦੇ ਨਾਲ ਧਰਤੀ ਦੀ ਜਿਹੜੀ ਰੋਟੇਸ਼ਨ ਆ ਉਹਨੂੰ ਫਰਕ ਪਾ ਦਿੱਤਾ ਦੇਖ ਲਓ ਵੀ ਸਾਡੀ ਧਰਤੀ ਕਿੱਡੀ ਆ ਇਹਨਾਂ ਦੇ ਚੀਨਿਆਂ ਦੇ ਇੱਕ ਡੈਮ ਨੇ ਸੋ ਤੁਹਾਨੂੰ ਇੱਕ ਸਿੱਧੀ ਸਿੰਪਲ ਭਾਸ਼ਾ 'ਚ ਦੱਸਾਂ ਵੀ ਜਿੰਨਾ ਸੀਮੈਂਟ ਚੀਨ ਨੇ ਪਿਛਲੇ 5-10 ਸਾਲ ਚ ਲਾ ਦਿੱਤਾ ਪੂਰੇ ਅਮਰੀਕਾ 'ਚ ਪਿਛਲੇ ਮਤਲਬ ਕਈ ਦਹਾਕਿਆਂ ਤੋਂ ਨਹੀਂ ਲੱਗਿਆ ਜਿੰਨਾ ਸੀਮੈਂਟ ਇਹ ਨਹੀਂ ਪਿਛਲੇ 5-10 ਸਾਲ 'ਚ ਹੀ ਲਾ ਦਿੱਤਾ ਬਣਾਉਂਦੇ ਤੁਰੇ ਆਉਂਦੇ ਤੇ ਆਹ ਲਓ ਜੀ ਆਪਾਂ ਨੂੰ ਸਾਈਪ੍ਰਸ ਤੋਂ ਵੀ ਬਹੁਤ ਦੇਖਦੇ ਆ ਤੇ ਆਹ ਲਓ ਜੀ ਸਾਈਪ੍ਰਸ ਵਾਲਿਓ ਤੇ ਸ਼ੇਅਰ ਕਰ ਦਿਓ ਸਾਈਪ੍ਰਸ ਵਾਲਿਆਂ ਨਾਲ ਵੀ ਇਹ ਜਿੱਦਾਂ ਵੀ ਮੈਂ ਫੋਲੋ ਕੀਤੇ ਹੋਆ ਜਿਹੜੇ ਐਸਟਰੋਨੌਟ ਆਪਣੇ ਸਿਰ ਤੋਂ ਉੱਤੇ ਘੁੰਮਦੇ ਹਨਾ ਸੋ ਤਸਵੀਰਾਂ ਭੇਜਦੇ ਰਹਿੰਦੇ ਹਰੇਕ ਦੇਸ਼ ਦੀਆਂ ਇਹ ਸਾਈਪ੍ਰਸ ਦਾ ਨਕਸ਼ਾ ਜੀ ਦੇਖ ਸਕਦੇ ਆ ਇਹ ਤਾਜੀ-ਤਾਜੀ ਤਸਵੀਰ ਆਈ ਆ ਇਹ ਸਾਈਪ੍ਰਸ ਟਾਪੂ ਆ ਇੱਕ ਦਿ ਵਾਲੇ ਦੋ ਵਾਲੇ ਦੇਖ ਸਕਦੇ ਆ ਪਾਣੀ ਇਹ ਸਾਈਪ੍ਰਸ ਦਾ ਨਕਸ਼ਾ ਏਡਾ ਗਿਆ ਸਾਈਪ੍ਰਸ ਬੱਸ ਤੇ ਸਾਈਪ੍ਰਸ ਤੋਂ ਵੀ ਬਹੁਤ ਹੈ ਜੀ ਆਪਣੇ ਪੰਜਾਬੀ ਤੇ ਮੈਂ ਕਿਹਾ ਦਿਖਾ ਦਈਏ ਤੇ ਹੋਰ ਦਿਖਾਉਣੇ ਜੀ ਤੇ ਬਾਕੀ ਤਸਵੀਰਾਂ ਰਹਿ ਗਈਆਂ ਦੋਕ ਤੇ ਇੱਕ ਉਹਨਾਂ ਨੇ ਸੋ ਇਹ ਕਿ ਆਬੂ ਧਾਬੀ ਦਾ ਰਾਤ ਦਾ ਆਬੂ ਧਾਬੀ ਰਾਤ ਨੂੰ ਕਿੱਦਾਂ ਦੀ ਤੇ ਆਪਾਂ ਨੂੰ ਡਵਾਈ ਤੋਂ ਵੀ ਬਹੁਤ ਵੀਰ ਦੇਖਦੇ ਆ ਉਧਰੋਂ ਹਨਾ ਤੇ ਇਹ ਆਬੂ ਧਾਬੀ ਆ ਜੀ ਰਾਤ ਨੂੰ ਦੇਖ ਸਕਦੇ ਹੋ ਨੇ ਲਿਖਿਆ ਵੀ ਆ ਹਨਾ ਤੇ ਰਾਤ ਨੂੰ ਆਬੂ ਧਾਬੀ ਕਿੱਦਾਂ ਦੀ ਲੱਗਦੀ ਤੇ ਤਸਵੀਰਾਂ ਰਹਿ ਗਈਆਂ ਆਪਣੇ ਕੋਲ ਦੋ ਤੇ ਹੁਣ ਤੁਹਾਨੂੰ ਦਿਖਾਉਣੇ ਆ ਜੀ ਤੇ ਆ ਦੇਖੋ ਜੀ ਪਤਾ ਕੀ ਗੱਲ ਹੈ ਮੈਂ ਉਹੀ ਕਹਿੰਦਾ ਰਹਿੰਦਾ ਟਵਿੱਟਰ 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 ਮੈਂ ਦਾ ਰੌਲਾ 2 ਸਾਲ ਤੋਂ ਪਾਉਣਾ ਤੇ ਪਾਈ ਜਾਣਾ ਹਨਾ ਸੁਆਜੀ ਆ ਪਾਰਲੀਮੈਂਟ ਜਿਹੜੀ ਕੈਨੇਡਾ ਦੀ ਸੋ ਟਵਿੱਟਰ 'ਚ ਮੇਰੇ ਸਾਹਮਣੇ ਕੀ ਸ਼ੋ ਹੋਇਆ ਜਦੋਂ ਸਵੇਰੇ ਉੱਠਿਆ ਹਨਾ ਵੀ ਕੈਨੇਡਾ 'ਚ ਕੱਲ ਮੂਲ ਨਿਵਾਸੀਆਂ ਦੇ ਬੱਚਿਆਂ ਦੀ ਯਾਦ 'ਚ ਹਨਾ ਪਹਿਲੀ ਵਾਰੀ ਦਿਨ ਮਨਾਇਆ ਗਿਆ ਉਹ ਵਾਲਾ ਟਰੂਥ ਵਾਲਾ ਹਨਾ ਸੋ ਕੱਲ ਮੈਂ ਤੁਹਾਨੂੰ ਸਭ ਨੂੰ ਪਤਾ ਸੰਤਰੀ ਕੱਪੜੇ ਉੱਥੇ ਪਾਇਆ ਸੀ ਆ ਆਟਵਾ ਕੈਨੇਡਾ ਦੀ ਰਾਜਧਾਨੀ ਉੱਥੇ ਦੀ ਪਾਰਲੀਮੈਂਟ ਉੱਥੇ ਵੀ ਆ ਕੰਸਟ੍ਰਕਸ਼ਨ ਚੱਲਦੀ ਕਈ ਸਾਲ ਚੱਲਣੀ ਮੇਰੀ ਮੈਂ ਵੀਡੀਓ ਦੱਸਿਆ ਵੀ ਸੀ ਤੇ ਜਦੋਂ ਉੱਠਿਆ ਸਵੇਰੇ ਦੇਖਿਆ ਬਾਈ ਜੀ ਟ੍ਰੈਂਡਿੰਗ ਕੈਨੇਡਾ 'ਚ ਕੀ ਚੱਲਦਾ ਪਿਆ ਮੋਦੀ ਭਗਤਾਂ ਨੇ ਸਵਾਰਾ ਭਾਸਕਰ ਵਿਰੋਧਾ ਇੱਕ ਹੈਸ਼ਟੈਗ ਚਲਾਇਆ ਉਹ ਕੈਨੇਡਾ ਚ ਵੀ ਮਤਲਬ ਕਹਿੰਦਾ ਭਾਵ ਆ ਭਈ ਮੋਦੀ ਭਗਤਾਂ ਦੀ ਪਕੜਾ ਟਵਿੱਟਰ ਤੇ ਬਹੁਤ ਜ਼ਿਆਦਾ ਆ ਸੋ ਉਹਨਾਂ ਦਾ ਹੈਸ਼ਟੈਗ ਸਵਾਰਾ ਆਪਣੀ ਉਂਗਲੀ ਸੰਭਾਲ ਚੱਲਦਾ ਵਾ ਟ੍ਰੈਂਡਿੰਗ ਤੇ ਇੱਕ ਹੋਰ ਚੀਜ਼ ਚੱਲਦੀ ਪਈ ਸੀ ਟੂਫੀਨੋ ਏ ਵੀ ਤੁਹਾਨੂੰ ਥੋੜੀ ਸਾਂਝੀ ਕਰਦਾ ਟਫੀਨੋ ਕੀ ਆ ਟਫੀਨੋ ਇੱਕ ਸ਼ਹਿਰ ਆ ਇੱਥੇ ਸਾਡੇ ਕੋਲੇ ਸਰੀ ਕੋਲੇ ਥੋੜਾ ਦੂਰ ਆ ਤੇ ਉਹ ਸ਼ਹਿਰ ਇੱਕ ਅਜਿਹਾ ਸ਼ਹਿਰ ਆ ਉੱਥੇ ਪਈ ਸਮੁੰਦਰੀ ਲਹਿਰਾਂ ਬਾਲੀਆਂ ਖਤਰਨਾਕ ਆਉਂਦੀਆਂ ਪਈ ਕਹਿੰਦਾ ਭਾਬ ਜਿੱਦਾਂ ਆਪਾਂ ਫਿਲਮਾਂ ਚ ਨਹੀਂ ਦੇਖਦੇ ਹੁੰਦੇ ਉੱਚੀਆਂ ਉੱਚੀਆਂ ਛੱਲਾਂ ਕੋਠੇ ਤੋਂ ਵੀ ਉੱਚੀਆਂ ਉੱਚੀਆਂ ਹਨਾ ਸਮੁੰਦਰ ਤਾਂ ਇੱਥੇ ਸਰੀ ਕੋਲ ਵੀ ਲੱਗਦਾ ਬਾਈਟ ਰੌਗ ਪਰ ਇੱਥੇ ਛੱਲਾਂ ਨਹੀਂ ਆਉਂਦੀਆਂ ਟਫੀਨੋ ਸਪੈਸ਼ਲ ਲੋਕ ਜਾਂਦੇ ਉੱਥੇ ਛੱਲਾਂ ਚ ਉਹ ਕਰਨ ਲਈ ਹਨਾ ਤੇ ਚੱਕਰ ਟਫੀਨੋ ਤਾਂ ਚਾਰਚਾ ਚ ਸੀ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਗੱਲ ਟਫੀਨੋ ਚ ਘੁੰਮ ਰਹੇ ਸੀਗੇ ਤੇ ਉੱਥੇ ਛੱਲਾਂ 'ਚ ਸਰਫਿੰਗ ਨਹੀਂ ਹੁੰਦੀ ਉਹ ਮਤਲਬ ਬੋਰਡ ਜੈ ਤੇ ਛੱਲਾਂ 'ਚ ਖੇਲਦੇ ਜੇ ਹੁੰਦੇ ਸੋ ਦਸਟਨ ਤਰੂਡੋ ਜੀ ਕੱਲ ਉੱਥੇ ਘੁੰਮ ਰਹੇ ਸੀਗੇ ਸੋ ਉਹਦਾ ਇਹਨਾਂ ਦਾ ਵਿਰੋਧ ਹੋ ਰਿਹਾ ਟਵਿੱਟਰ ਤੇ ਕਿਹੜਾ ਕਾਰਨ ਹੈ ਤੁਸੀਂ ਆਪ ਹੀ ਦੇਖ ਲਿਓ ਹਨਾ ਸੋ ਪਈਏ ਟਫੀਨੋ ਕਿਉਂ ਘੁੰਮਦੇ ਆ ਜੋ ਵੀ ਆ ਹਨਾ ਸੋ ਬਾਕੀ ਹੋਰ ਦਿਖਾਉਣੇ ਆ ਤੁਹਾਨੂੰ ਤੇ ਬਾਕੀ ਤਸਵੀਰ ਰਹਿ ਗਈ ਇੱਕ ਸੱਚ ਆ ਤਾਂ ਰਹੀ ਗਈ ਯਾਰ ਅੱਜ ਦੇ ਦਿਨ ਇੱਕ ਨੋਵਲ ਛਪਿਆ ਸੀ ਬਾਈ ਜੀ 1888 ਚ ਇਸ ਬੰਦੇ ਦਾ ਨਾਮ ਆ ਜੀ ਸੋ ਇਹ Amazon ਤੋਂ ਆਈ ਥਿੰਕ ਮਿਲ ਜਾਣਾ 1888 ਚ ਇਸ ਬੰਦੇ ਨੇ ਨਾਵਲ ਲਿਖਿਆ ਸੀਗਾ ਲੂਕਿੰਗ ਬੈਕਵਰਡ 1800 ਦੇਖੋ 2000 ਤੋਂ 1887 ਇਹ 1888 ਚ ਇਸ ਬੰਦੇ ਨੇ ਗੱਲਾਂ ਲਿਖੀਆਂ ਸੀ ਇਸ ਨਾਵਲ ਚ ਜਿਹੜੀਆਂ ਗੱਲਾਂ ਆ ਐਡਵਰਡ ਨੇ ਸੋ ਉਸ ਨੇ ਕਿਹੜੀਆਂ ਗੱਲਾਂ ਲਿਖੀਆਂ ਸੀ ਉਹੀ ਪੀ ਫਿਊਚਰ ਦੱਸਦਾ ਸੀ ਜਿੱਦਾਂ ਆਪਾਂ ਕਹਿੰਨੇ ਹੁੰਨੇ ਆ ਫਿਊਚਰ ਚ ਉੱਡਦੀਆਂ ਕਾਰਾਂ ਆਉਣੀਆਂ ਇਦਾਂ ਉਦਾਂ ਆਈਡੀਆ ਜਿਹਾ ਹੋ ਜਾਂਦਾ ਬੰਦੇ ਨੂੰ ਸੋਈ ਨੇ ਕਈ ਗੱਲਾਂ ਦੱਸਤੀਆਂ ਸੀ ਜੋ ਆਲਮੋਸਟ ਐਸ ਵੇਲੇ 2020 ਚ ਸਭ ਸੱਚ ਆ ਇਸ ਬੰਦੇ ਨੇ 1887 ਜੀ ਦੱਸਤਾ ਸੀਗਾ 88 ਚ ਹਨਾ ਆ ਦੇਖ ਸਕਦੇ ਆ ਲੂਕਿੰਗ ਬੈਕਵਰਡ 1887 2018 ਸੋ ਜੇ ਕੋਈ ਸ਼ਕੀਨਿਆ ਪੜਨ ਦਾ ਤੇ ਤੁਹਾਡੇ ਸਾਹਮਣੇ ਲੂਕਿੰਗ ਬੈਕਵਰਡ ਐਡਵਰਡ ਇਹ ਨਾਮ ਭਰ ਕੇ Amazon ਤੋਂ ਮੰਗਵਾ ਸਕਦੇ ਆ ਸੋ ਇਹਨੇ ਪ੍ਰਡਿਕਟ ਕਰਤਾ ਸੀ ਵੀ ਆਹ ਵਾਲੀਆਂ ਚੀਜ਼ਾਂ ਇਨ ਫਿਊਚਰ ਚ ਹੋਣੀਆਂ ਆ ਹਨਾ ਸੋ ਸੱਚੇ ਹੀ ਹੋਈਆਂ ਆਲਮੋਸਟ ਸੋ ਤਸਵੀਰਾਂ ਬਾਈ ਜੀ ਰਹਿ ਗਈਆਂ ਤੇ ਹਾਂਜੀ ਤੇ ਬਾਕੀ ਜੀ ਕੱਲ ਰੇਡੀਓ ਤੇ ਨਹੀਂ ਆ ਹੋਇਆ ਸੌਰੀ ਤੇ ਰੇਡੀਓ ਤੇ ਮਿਲਦੇ ਆ ਨੰਬਰ ਨੋਟ ਕਰ ਲਓ ਭਰਾਵੋ ਸਾਲ ਹੋ ਗਿਆ ਰੋਜ਼ ਪੁੱਛਦੇ ਰਹਿੰਨੇ ਕਿਹੜੇ ਨੰਬਰ ਤੇ ਕਾਲ ਕਰੀਏ +1 236 412 0325 ਵਟਸਐਪ ਤੇ ਕਰ ਸਕਦੇ ਆ ਜੀ ਕਾਲ ਮਿਲਦੇ ਆ ਰੇਡੀਓ ਤੇ ਅੱਧੇ ਘੰਟੇ ਤੱਕ ਤੇ ਸਾਰਿਆਂ ਰਿਕੁਐਸਟ ਆ ਯਾਰ ਕਰ ਦਿਆ ਕਰੋ ਕਲਿੱਕ ਕਰੋ ਜੀ ਹਨਾ ਰੋਜ਼ ਹਰੇਕ 30 ਦੇ 30 ਦਿਨ ਕਹਿਣਾ ਹਰੇਕ ਵੀਡੀਓ ਤੇ ਲਿੰਕ ਪਾਇਆ ਜੇ ਲਿੰਕ ਨਹੀਂ ਓਪਨ ਹੁੰਦਾ Google ਤੇ ਆਪ ਸਰਚ ਕਰ ਲਓ 3w ਤਾਂ ਪਾਉਣੀ ਹੀ ਪੈਣੀ ਆ 3w ਪਾ ਕੇ indi radio.ca ਦੋ ਐਡਾ ਹੋਣੀ ਆ ਜੀ ਇੱਕ ਆ ਸਿਰੇ ਤੇ ਤੇ ਇੱਕ ਆ ਹਿੰਦੀ ਜਸਵਾਲ ਦੇ ਆ ਸਿਰ ਉੱਤੇ ਹਜੀ ਤੇ ਕਾਂਡਾ ਲੱਗਾ ਹੁੰਦਾ ਐ ਐਡ ਆ ਇਹਦੇ ਸੈਂਟਰ ਚ ਕਲਿੱਕ ਕਰਨਾ ਲਓ ਜੀ ਤੇ ਸੈਂਟਰ 'ਚ ਕਲਿੱਕ ਕੀਤਾ ਐਡ ਖੁੱਲ ਗਈ ਤੇ ਬੈਕ ਚਲ ਜਾਣਾ ਇੰਨਾ ਕੰਮ ਆ ਜੀ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਪਿੰਡਾਂ ਦਾ ਗਾਲ ਹਿੰਦੀ ਜਿਹਾ ਸਵਾਲ ਪਿੰਡ ਨਰੂੜ ਵਾਲਾ ਇਹ ਨੰਬਰ ਨੋਟ ਕਰ ਲਓ ਅੱਧੇ ਘੰਟੇ ਤੱਕ ਰੇਡੀਓ ਤੇ ਮਿਲਦੇ ਆ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਲਿੰਕ ਕਲਿੱਕ ਕਰਿਓ ਤੇ ਪੇਜ ਫੋਲੋ ਕਰਾਓ ਬਦੋ ਬਦਤਿਓਸ